ਜੇਕਰ ਤੁਸੀਂ ਵੀ ਸਕੂਟਰੀ ਚਲਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਜਾਣਨੀ ਬਹੁਤ ਜ਼ਰੂਰੀ ਹੈ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਧੂੰਆਂ ਹੀ ਧੂੰਆਂ। ਦਰਅਸਲ ਚੱਲਦੀ ਸਕੂਟਰੀ ਨੂੰ ਭਿਆਨਕ ਅੱਗ ਲੱਗੀ, ਜਿਸ ਤੋਂ ਬਾਅਦ ਸਕੂਟੀ 'ਤੇ ਸਵਾਰ ਇੱਕ ਔਰਤ ਅਤੇ ਉਸਦਾ ਬੱਚਾ, ਜਿਨ੍ਹਾਂ ਨੇ ਥੱਲੇ ਉੱਤਰ ਕੇ ਭੱਜ ਕੇ ਆਪਣੀ ਜਾਨ ਬਚਾਈ। ਦੱਸਦੀਏ ਕਿ ਇਹ ਬੈਟਰੀ ਨਾਲ ਚੱਲਣ ਵਾਲੀ ਸਕੂਟਰੀ ਹੈ, ਜੋ ਚੱਲਦੀ ਚੱਲਦੀ ਅੱਗ ਦਾ ਗੋਲਾ ਬਣ ਗਈ ਔਰ ਇਸ ਦੇ ਵਿੱਚੋਂ ਅੱਗ ਦੀਆਂ ਲਾਟਾਂ ਅਤੇ ਧੂੰਏ ਦੇ ਗੁਬਾਰ ਨਿਕਲਣੇ ਸ਼ੁਰੂ ਹੋ ਗਏ। ਇਹ ਤਸਵੀਰਾਂ ਜਲਾਲਾਬਾਦ ਦੇ ਥਾਣਾ ਸਿਟੀ ਦੇ ਨਜ਼ਦੀਕ ਦੀਆਂ ਨੇ। ਜਾਣਕਾਰੀ ਮੁਤਾਬਿਕ ਅਗਰਵਾਲ ਕਲੋਨੀ ਦੀ ਰਹਿਣ ਵਾਲੀ ਇੱਕ ਔਰਤ ਆਪਣੇ ਬੱਚੇ ਨਾਲ ਬੈਟਰੀ ਵਾਲੀ ਸਕੂਟਰੀ 'ਤੇ ਜਾ ਰਹੀ ਸੀ, ਜਦੋਂ ਥਾਣਾ ਸਿਟੀ ਦੇ ਨਜ਼ਦੀਕ ਕੁੱਕੜ ਇੰਟਰਪ੍ਰਾਈਜ਼ 'ਤੇ ਪਹੁੰਚੀ ਤਾਂ ਉਸਦੀ ਸਕੂਟੀ ਅੱਗ ਦਾ ਗੋਲਾ ਬਣ ਗਈ, ਧੂੰਆਂ ਨਿਕਲਣ ਲੱਗ ਪਿਆ, ਜਿਸ ਤੋਂ ਬਾਅਦ ਔਰਤ ਅਤੇ ਉਸਦੇ ਬੱਚੇ ਨੇ ਤੁਰੰਤ ਸਕੂਟਰੀ ਨੂੰ ਛੱਡ ਦਿੱਤਾ ਔਰ ਉੱਥੇ ਹੀ ਮੌਜੂਦ ਲੋਕਾਂ ਨੇ ਨਜ਼ਦੀਕ ਦੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਫਾਇਰ ਸਿਲੰਡਰ ਲਿਆ ਕੇ ਸਕੂਟਰੀ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ। ਇਹ ਸਾਰੀ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਿਲੰਡਰ ਦੇ ਨਾਲ ਇਸ ਅੱਗ ਨੂੰ ਬੁਝਾਇਆ ਜਾ ਰਿਹਾ, ਧੂੰਆਂ ਹੀ ਧੂੰਆਂ ਸਕੂਟਰੀ ਦੇ ਆਲੇ ਦੁਆਲੇ ਨਜ਼ਰ ਆ ਰਿਹਾ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਸਕੂਟਰੀ ਆ ਜਿਹੜੀ ਉਹ ਬੁਰੇ ਤਰੀਕੇ ਦੇ ਨਾਲ ਸੜ ਗਈ ਹੈ। ਜੇਕਰ ਤੁਸੀਂ ਵੀ ਸਕੂਟਰੀ ਚਲਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਜਾਣਨੀ ਬਹੁਤ ਜ਼ਰੂਰੀ ਹੈ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਧੂੰਆਂ ਹੀ ਧੂੰਆਂ। ਦਰਅਸਲ ਚੱਲਦੀ ਸਕੂਟਰੀ ਨੂੰ ਭਿਆਨਕ ਅੱਗ ਲੱਗੀ, ਜਿਸ ਤੋਂ ਬਾਅਦ ਸਕੂਟੀ 'ਤੇ ਸਵਾਰ ਇੱਕ ਔਰਤ ਅਤੇ ਉਸਦਾ ਬੱਚਾ, ਜਿਨ੍ਹਾਂ ਨੇ ਥੱਲੇ ਉੱਤਰ ਕੇ ਭੱਜ ਕੇ ਆਪਣੀ ਜਾਨ ਬਚਾਈ। ਦੱਸਦੀਏ ਕਿ ਇਹ ਬੈਟਰੀ ਨਾਲ ਚੱਲਣ ਵਾਲੀ ਸਕੂਟਰੀ ਹੈ, ਜੋ ਚੱਲਦੀ ਚੱਲਦੀ ਅੱਗ ਦਾ ਗੋਲਾ ਬਣ ਗਈ ਔਰ ਇਸ ਦੇ ਵਿੱਚੋਂ ਅੱਗ ਦੀਆਂ ਲਾਟਾਂ ਅਤੇ ਧੂੰਏ ਦੇ ਗੁਬਾਰ ਨਿਕਲਣੇ ਸ਼ੁਰੂ ਹੋ ਗਏ। ਇਹ ਤਸਵੀਰਾਂ ਜਲਾਲਾਬਾਦ ਦੇ ਥਾਣਾ ਸਿਟੀ ਦੇ ਨਜ਼ਦੀਕ ਦੀਆਂ ਨੇ। ਜਾਣਕਾਰੀ ਮੁਤਾਬਿਕ ਅਗਰਵਾਲ ਕਲੋਨੀ ਦੀ ਰਹਿਣ ਵਾਲੀ ਇੱਕ ਔਰਤ ਆਪਣੇ ਬੱਚੇ ਨਾਲ ਬੈਟਰੀ ਵਾਲੀ ਸਕੂਟਰੀ 'ਤੇ ਜਾ ਰਹੀ ਸੀ, ਜਦੋਂ ਥਾਣਾ ਸਿਟੀ ਦੇ ਨਜ਼ਦੀਕ ਕੁੱਕੜ ਇੰਟਰਪ੍ਰਾਈਜ਼ 'ਤੇ ਪਹੁੰਚੀ ਤਾਂ ਉਸਦੀ ਸਕੂਟੀ ਅੱਗ ਦਾ ਗੋਲਾ ਬਣ ਗਈ, ਧੂੰਆਂ ਨਿਕਲਣ ਲੱਗ ਪਿਆ, ਜਿਸ ਤੋਂ ਬਾਅਦ ਔਰਤ ਅਤੇ ਉਸਦੇ ਬੱਚੇ ਨੇ ਤੁਰੰਤ ਸਕੂਟਰੀ ਨੂੰ ਛੱਡ ਦਿੱਤਾ ਔਰ ਉੱਥੇ ਹੀ ਮੌਜੂਦ ਲੋਕਾਂ ਨੇ ਨਜ਼ਦੀਕ ਦੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਫਾਇਰ ਸਿਲੰਡਰ ਲਿਆ ਕੇ ਸਕੂਟਰੀ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ। ਇਹ ਸਾਰੀ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਿਲੰਡਰ ਦੇ ਨਾਲ ਇਸ ਅੱਗ ਨੂੰ ਬੁਝਾਇਆ ਜਾ ਰਿਹਾ, ਧੂੰਆਂ ਹੀ ਧੂੰਆਂ ਸਕੂਟਰੀ ਦੇ ਆਲੇ ਦੁਆਲੇ ਨਜ਼ਰ ਆ ਰਿਹਾ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਸਕੂਟਰੀ ਆ ਜਿਹੜੀ ਉਹ ਬੁਰੇ ਤਰੀਕੇ ਦੇ ਨਾਲ ਸੜ ਗਈ ਹੈ। ਬਹੁਤ ਮਾੜੀ ਹੈ।